ਕੀ ਨਾਮ ਤੁਹਾਡਾ ਜਸਪ੍ਰੀਤ ਸਿੰਘ ਕੀ ਫਿਲਮ ਚ ਵਧੀਆ ਲੱਗਿਆ ਪੂਰਾ ਸਿਰਾ ਬਾਈ ਸਾਰਾ ਸਿਰਾ ਹੀ ਆ ਯਾਰ ਗਾਣੇ ਕਿਹੋ ਜਿਹੇ ਨੇ ਫਿਲਮ ਦੇ ਪੂਰੇ ਸਿਰੇ ਚੱਕਵੇਂ ਗਾਣੇ ਨੇ ਯਾਰ ਪੂਰੇ ਵਧੀਆ ਨੇ ਜੀ ਲਵਾਉਂਦੇ ਨੇ ਗਾਣੇ ਜਿਵੇਂ ਸਿੱਧੂ ਮੂਸੇਵਾਲੇ ਦੀ ਪਹਿਲੀ ਫਿਲਮ ਆ ਉਹਦੀ ਐਕਟਿੰਗ ਕਿਹੋ ਜਿਹੀ ਲੱਗੀ ਐਕਟਿੰਗ ਯਾਰ ਬੰਬਾ ਯਾਰ ਸਾਰੇ ਐਕਟਰ ਉਕਟਰ ਸਾਰੇ ਰੋਲ ਤੇ ਉਹਨੇ ਸਿਰੇ ਦੀ ਚੀਜ਼ ਆ ਬਸ ਹਾਂ ਐਂਡ ਹੀ ਆ ਗਈ ਬਸ ਦੇਖ ਕੇ ਦੇਖੋ ਜਿਹਨੇ ਨਹੀਂ ਦੇਖੀ ਇਹਨਾਂ ਦੇ ਹੱਕ ਦਾ ਮੂਵੀ ਹਾਂ ਕੀ ਨਾਮ ਆ ਗਗਨਦੀਪ ਸਿੰਘ ਕੀ ਵਧੀਆ ਲੱਗਿਆ ਫਿਲਮ ਚ ਫਿਲਮ ਬਹੁਤ ਵਧੀਆ ਕਿਸਾਨਾਂ ਦੇ ਹੱਕ ਚ ਆ ਗਈ ਯਾਰ ਜਵਾਨਾਂ ਨੂੰ ਸੇਧ ਦਿੰਦੀ ਆਪਾਂ ਨੂੰ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਕੀ ਨਾ ਕਰਨਾ ਚਾਹੀਦਾ ਬਾਈ ਪੂਰੀ ਸਿਰੇ ਸੇਧ ਵਾਲੀ ਕੋਈ ਗਲਤ ਮੂਵੀ ਨਹੀਂ ਕਿਸਾਨ ਐਂਟਾ ਜਿੰਦਾਬਾਦ ਪੂਰੀ ਵਧੀਆ ਐਕਟਿੰਗ ਆ ਗਈ ਸਿਰਾ ਹੀ ਕਰਾਇਆ ਬਸ ਗਾਣੇ ਕਿਹੋ ਜਿਹੇ ਨੇ ਫਿਲਮ ਦੇ ਗਾਣੇ ਯਾਰ ਤੁਹਾਨੂੰ ਦੱਸੀ ਇਹਨਾਂ ਵੀ ਗਾਣੇ ਗਾਣੇ ਵਰਗਾ ਗਾਣੇ ਹੀ ਨੇ ਗਾਣੇ ਨਾਤੀ ਵਾਲੇ ਗਾਣੇ ਨੇ ਮੋਟੀਵੇਸ਼ਨ ਵਾਲੇ ਗਾਣੇ ਨੇ ਕਿ ਜਵਾਨ ਵਧੀਆ ਅਗਾਂਹ ਕੁਛ ਕਰਨਗੇ ਜਾ ਕੇ ਗਾਣੇ ਸੁਣ ਕੇ ਠੀਕ ਹੈ ਹੋਰ ਜੀ ਹੋਰ ਵਧੀਆ ਬਾ ਬਹੁਤ ਵਧੀਆ ਫਿਲਮ ਅੱਛਾ ਬਸ ਠੀਕ ਹੈ ਜਿਵੇਂ ਦੱਸ ਰਹੇ ਨੇ ਕਹਿੰਦੇ ਮੋਟੀਵੇਸ਼ਨਲ ਗਾਣੇ ਨੇ ਫਿਲਮ ਦੇ ਵਿੱਚ ਇੱਧਰ ਵੀਰ ਖੜੇ ਨੇ ਕੈਮਰੇ ਦੇ ਸਾਹਮਣੇ ਨਹੀਂ ਆਉਂਦੇ ਕਹਿੰਦੇ ਬੰਕ ਮਾਰਿਆ ਹੋਇਆ ਸੀ ਨੇ ਉਹ ਇਹੋ ਜਿਹੇ ਬਹੁਤ ਮੁੰਡੇ ਆਏ ਹੋਏ ਨੇ ਅੱਜ ਹੋਰ ਵੀ ਵਿੱਚ ਆਏ ਹੋਏ ਨੇ ਇਕੱਲੇ ਇਕੱਲੇ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜ਼ਿਆਦਾਤਰ ਜਿਹੜੇ ਭਰਾ ਖੜੇ ਨੇ ਆ ਸੰਗੀ ਜਾਂਦਾ ਆ ਕੁਛ ਨਹੀਂ ਕਹਿੰਦਾ ਬੰਕ ਕੁਛ ਨਹੀਂ ਕਹਿੰਦਾ ਚੱਲ ਆਈ ਚੱਲ ਆਈ ਮੂੰਹ ਨਾ ਕਰੋ ਇੱਧਰ ਇੱਧਰ ਗੱਲ ਕੀ ਨਾਮ ਹੈ ਮੇਰਾ ਨਾਮ ਸਿਮਰਜੀਤ ਸਿੰਘ ਸਿਮਰਜੀਤ ਸਿੰਘ ਫਿਲਮ ਕਿਹੋ ਜਿਹੀ ਲੱਗੀ ਫਿਲਮ ਦੇਖੋ ਬਹੁਤ ਹੀ ਖੂਬ ਫਿਲਮ ਸੀਗੀ ਬਹੁਤ ਹੀ ਨਜ਼ਾਰੇਦਾਰ ਫਿਲਮ ਸੀਗੀ ਇੰਜੋਏਬਲ ਵੀ ਸੀਗੀ ਇਹਦੇ ਵਿੱਚ ਦੇਖੋ ਪਹਿਲੀ ਗੱਲ ਤਾਂ ਕਿਸਾਨਾਂ ਦੀ ਗੱਲ ਹੋਈ ਆ ਕਿਸਾਨਾਂ ਦੇ MSP ਦੀ ਗੱਲ ਹੋਈ ਆ ਕਿਸਾਨਾਂ ਦੇ ਜੋ ਧੱਕਾਬਾਜ਼ੀ ਹੁੰਦੀ ਆ ਗੌਰਮੈਂਟ ਵੱਲੋਂ ਉਹਦੇ ਦੁਆਰਾ ਗੱਲ ਹੋਈ ਆ ਇਹਦੇ ਵਿੱਚ ਸਾਨੂੰ ਬਹੁਤ ਵਧੀਆ ਲੱਗਿਆ ਗਾ ਤੇ ਬਾਕੀ ਫਿਲਮ ਬਹੁਤ ਘੈਂਟ ਆਈ ਗਾਣੇ ਕਿਹੋ ਜਿਹੇ ਨੇ ਫਿਲਮ ਦੇ ਗਾਣੇ ਤਾਂ ਦੇਖੋ ਯਾਰ ਜਿੱਦਾਂ ਦਾ ਮਤਲਬ ਅੱਜ ਦੀ ਜਨਰੇਸ਼ਨ ਨੂੰ ਚਾਹੀਦਾ ਸਭ ਕੁਝ ਮਿਲੂਗਾ ਇਹਦੇ ਫਿਲਮ ਦੇ ਵਿੱਚ ਤੇ ਬਾਕੀ ਕੋਈ ਐਡਾ ਗੱਲ ਨਹੀਂ ਹੁਣ ਮੁੱਦਾ ਬਣੂਗਾ ਵੀ ਇਹ ਭੜਕਾਉਂਦੇ ਆ ਕੋਈ ਭੜਕਾਉਣ ਦੀ ਗੱਲ ਨਹੀਂ ਉਹ ਆਪਣੇ ਤੇ ਡਿਪੈਂਡ ਹੁੰਦਾ ਭੜਕਣਾ ਜਾਂ ਭੜਕਾਉਣਾ ਠੀਕ ਹੈ ਨਾ ਅੱਛਾ ਪਿੱਛੇ ਜੇ ਰੋਕ ਲੱਗੀ ਸੀ ਤੁਹਾਨੂੰ ਲੱਗਦਾ ਵੀ ਜਾਇਜ਼ ਸੀਗੀ ਰੋਕ ਨਹੀਂ ਉਹ ਨਜਾਇਜ਼ ਰੋਕ ਸੀਗੀ ਦੇਖੋ ਇੱਦਾਂ ਹੀ ਉਦਾਂ ਹੀ ਲਾ ਦਿੰਦੇ ਆ ਰੋਕਾਂ ਰਾਕਾਂ ਇੱਦਾਂ ਕੋਈ ਖਾਸ ਗੱਲ ਨਹੀਂ ਸੀਗੀ ਐਡੀ ਕੋਈ ਰੋਕ ਵਾਲੀ ਫਿਲਮ ਦੀ ਦੇਖੋ ਸਰਕਾਰ ਸਾਡੀ ਕਿਸਾਨਾਂ ਦੀ ਦੁਸ਼ਮਣ ਆ ਦੇਖੋ MSP ਦੀ ਗੱਲ ਹੋਈ ਆ ਉਹਦੇ ਕਰਕੇ ਰੋਕ ਲੱਗੀ ਸੀਗੀ ਇਸ ਫਿਲਮ ਦੇ ਤੇ ਜਦੋਂ MSP ਜਦੋਂ ਕੋਈ ਵੀ ਗੱਲ ਕਰਦਾ ਕਿਸਾਨਾਂ ਬਾਰੇ ਗੱਲ ਹੁੰਦੀ ਆ ਤਾਂ ਉਹ ਸਰਕਾਰ ਉਸ 'ਤੇ ਰੋਕ ਲਾਉਂਦੀ ਵੀ ਲਾਉਂਦੀ ਆ ਬਿਲਕੁਲ ਵੱਡੀ ਗੱਲ ਹੈ ਵੱਡੀ ਗੱਲ ਆ ਕਿ ਜਿਹੜੀ ਸਰਕਾਰ ਆ ਉਹ ਕਿਸਾਨਾਂ ਦੀ ਦੁਸ਼ਮਣ ਹੀ ਆ ਸਭ ਤੋਂ ਵੱਡੀ ਗੱਲ ਇਹ 'ਚ ਕੀ ਹੈਗੀ ਜਿਵੇਂ ਹੁਣ ਹਿੰਦੀ ਫਿਲਮਾਂ ਆਉਂਦੀਆਂ ਸਾਰੀਆਂ ਉਹਨਾਂ 'ਚ ਪੂਰੀ ਲੱਚਰਤਾ ਹੁੰਦੀ ਇਹ ਫਿਲਮ ਆਪਾਂ ਫੈਮਿਲੀ ਨਾਲ ਦੇਖ ਸਕਦੇ ਸਭ ਤੋਂ ਵੱਡੀ ਗੱਲ ਇਹੀ ਠੀਕ ਹੈ ਠੀਕ ਹੈ ਜੀ ਲੱਚਰਤਾ ਨਹੀਂ ਹੈਗੀ ਫਿਲਮ ਦੇ ਵਿੱਚ ਗਾਣੇ ਵੀ ਵਧੀਆ ਨੇ ਸਾਰਾ ਕੁਛ ਜ਼ਰੂਰ ਦੇਖੋ ਸਭ ਆਪਦੀ ਫੈਮਿਲੀ ਨੂੰ ਲੈ ਕੇ ਆਓ ਜ਼ਰੂਰ ਦੇਖੋ ਸਾਰੇ ਨੂੰ ਵੀਰ ਨੇ ਬੇਨਤੀ ਕੀਤੀ ਜਿਹੜੇ ਹਲੇ ਵੀ ਘਰੇ ਬੈਠੇ ਨੇ ਵੀ ਸਾਰੇ ਆਪਣੀ ਫੈਮਿਲੀ ਨਾਲ ਆਓ ਅਤੇ ਫਿਲਮ ਜ਼ਰੂਰ ਦੇਖੋ ਆ ਕੇ ਕਰ ਲੈ ਤੂੰ ਦੇਖਿਆ ਬਾਈ ਤੋ ਜਿੰਨੇ ਵੀ ਹੁਣ ਤੱਕ ਫੈਨ ਆਪਾਂ ਨੂੰ ਮਿਲ ਰਹੇ ਨੇ ਜਿਹੜੇ ਅੰਦਰੋਂ ਫਿਲਮ ਦੇਖ ਕੇ ਆਏ ਨੇ ਸਾਰੇ ਬਹੁਤ ਉਤਸ਼ਾਹਿਤ ਨੇ ਉਹਨਾਂ ਦਾ ਵੱਡੀ ਗੱਲ ਇਹ ਸਾਹਮਣੇ ਆਈ ਆ ਕਿ ਫਿਲਮ ਆ ਜਿਹੜੀ ਕਿਸਾਨੀ ਮੁੱਦੇ ਦੇ ਉੱਤੇ ਬਣੀ ਆ ਕਿਸਾਨੀ ਸੰਘਰਸ਼ ਦੇ ਨਾਲ ਜਿਹੜੀ ਆ ਰਿਲੇਟਡ ਹੈਗੀ ਆ ਉਹ ਤਾਂ ਕਾਫੀ ਮੋਟੀਵੇਸ਼ਨਲ ਦੱਸ ਰਹੇ ਨੇ ਗਾਣੇ ਵੀ ਕਹਿੰਦੇ ਨੇ ਕਾਫੀ ਮੋਟੀਵੇਸ਼ਨਲ ਨੇ ਤੋ ਬਾਕੀ ਹੁਣ ਅੱਗੋਂ ਜਿਹੜੇ ਹੋਰ ਆਉਂਦੇ ਨੇ ਦਰਸ਼ਕ ਜਿਹੜੇ ਉਹ ਆਉਣਗੇ ਦੇਖ ਕੇ ਫਿਲਮ ਬਾਹਰ ਉਹਨਾਂ 'ਤੇ ਵੀ ਆਪਾਂ ਰਿਵਿਊ ਲੈਣ ਦੀ ਕੋਸ਼ਿਸ਼ ਕਰਾਂਗੇ